ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ ਸਾਰੇ? ਮਾਣ ਪੰਜਾਬੀ ਵਲੋਗਰ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ, ਅਸੀਂ ਵੀ ਠੀਕ ਹਾਂ। ਇਹ ਹੈ ਜੀ ਸੁਬਹਾ 5:30 ਵਜੇ ਦਾ ਮੌਸਮ। ਮੌਸਮ ਬਹੁਤ ਸੋਹਣਾ ਸੀ, ਠੰਡਾ ਠੰਡਾ ਸੀ, ਹਵਾ ਵੀ ਚੱਲ ਰਹੀ ਸੀ, ਬੱਦਲ ਬਹੁਤ ਜ਼ਿਆਦਾ ਹੋ ਰਹੇ ਸੀ। ਉਸ ਟਾਈਮ ਐਂ ਲੱਗਦਾ ਸੀਗਾ ਵੀ ਬਾਰਿਸ਼ ਆਊਗੀ, ਪਰ ਬਾਰਿਸ਼ ਨਹੀਂ ਆਈ। ਮੌਸਮ ਬਹੁਤ ਵਧੀਆ ਹੈਗਾ, ਇੱਕਦਮ ਬੱਦਲਬਾਈ ਵਾਲਾ, ਠੰਡਾ ਹੈਗਾ। ਬਸ ਇਹ ਆਪਾਂ ਇੱਥੋਂ ਦਿਨ ਦੀ ਕੀਤੀ ਆ ਸ਼ੁਰੂਆਤ। ਉਸ ਤੋਂ ਬਾਅਦ ਬੱਚਿਆਂ ਨੂੰ ਖਾਇਆ, ਚਾਹ ਪਾਣੀ ਪਿਲਾਇਆ, ਬੱਚਿਆਂ ਨੇ ਚਾਹ ਪਾਣੀ ਪੀਤਾ, ਥੋੜ੍ਹਾ ਬਹੁਤਾ ਟਾਈਮ ਗੇੜੇ ਫੇੜੇ ਦੇ ਕੇ ਰਿਲੈਕਸ ਹੋਏ ਹੈਗੇ। ਉਸ ਤੋਂ ਬਾਅਦ ਉਹ ਨਹਾ ਧੋ ਕੇ ਸਕੂਲ ਲਈ ਤਿਆਰ ਹੋਏ ਹੈਗੇ। ਦੇਖੋ ਜੀ, ਹੁਣ 6 ਵਜੇ, ਯਾਨੀ ਕਿ 6 ਵਜੇ ਦੇ ਵਿੱਚ 10 ਮਿੰਟ ਰਹਿੰਦੇ ਆ, ਤੁਸੀਂ ਵੀ ਦੇਖੋ। ਅਤੇ ਗਾਈਸ, ਅੱਜ ਸਾਡਾ ਨਾ ਇੱਕ ਹੋਰ ਚੀਜ਼ ਹੈ, ਅੱਜ ਮੈਨੂੰ ਇੰਨਾ ਵਧੀਆ ਲੱਗ ਰਿਹਾ ਜੇ ਹਵਾ ਚੱਲੀ ਕੱਲੀ ਮੀਂਹ ਨਾ ਆਇਆ, ਨਹੀਂ ਨਹੀਂ ਨੂੰ ਇਹੋ ਜਿਹਾ ਆਈ ਤਾਂ ਸਾਡਾ ਗੇਮ ਪੀਰੀਅਡ ਆ। ਮੈਂ ਹੋ ਗਈ ਹਾਂ ਰੈਡੀ ਸਕੂਲ ਲਈ, ਅਤੇ ਦੋ ਹੋ ਰਹੇ ਆ, ਹੁਣ ਅਸੀਂ ਸਕੂਲ ਜਾਵਾਂਗੇ। ਥੋੜ੍ਹੀ ਜਿਹੀ ਬੱਦਲਬਾਈ ਹੈਗੀ ਆ, ਮਾੜੀ ਨਿਕਲੀ ਆ, ਅਤੇ ਜਦੋਂ ਅਸੀਂ ਤਾਂ ਅੱਛੇ ਉੱਥੇ ਕਾਫੀ ਬੱਦਲਬਾਈ ਸੀ, ਬੰਨਾਂ 'ਤੇ ਤਾਂ ਵੀ ਪੈ ਗਿਆ, ਸਾਡੇ ਪਿੰਡ ਤਾਂ ਪੈਂਦੇ ਹੀ ਪਤਾ ਕੀ ਹੈ। ਅਤੇ ਇੱਧਰ ਦੇਖੋ, ਗਵਾਂਢੀਆਂ ਦੀ ਤਾਂ ਅਸੀਂ ਸਾਨੂੰ ਦੇ ਗਈ ਸੀਗੀ ਛੱਲੀਆਂ, ਗੈਸ 'ਤੇ ਭੁੰਨ ਕੇ ਤਾਂ ਅਸੀਂ ਖਾਂਦੇ ਨਹੀਂ, ਅਤੇ ਹਜੇ ਚੁੱਲ੍ਹਾ ਸੀ ਬਣਾਉਣਾ ਗਾ। ਸਰਦੀਆਂ 'ਚ ਅਸੀਂ ਸਾਡੇ ਚੱਕਵਾਂ ਚੁੱਲ੍ਹਾ ਸੀ, ਉਹਦੇ 'ਤੇ ਰੋਟੀਆਂ ਲਾ ਲੈਂਦੇ ਹੁੰਦੇ ਹਾਂ, ਬਾਰੇ ਚਲੋ ਜਦੋਂ ਚੁੱਲ੍ਹਾ ਬਣ ਗਿਆ ਉਹਦੀ ਖਾਵਾਂਗੇ। ਪਈਆਂ ਨੇ ਵਿਚਾਰੀਆਂ ਬੂਟੇ ਆ, ਇਹ ਅਸੀਂ ਜਦੋਂ ਲਿਆ ਕੇ ਲਾਇਆ ਤਾਂ ਸਾਨੂੰ ਮਾਲੀ ਨੇ ਕਿਹਾ ਕਿ ਇਹ ਬਹੁਤ ਵਧਣਗੇ, ਫੁੱਲਣਗੇ, ਤੁਸੀਂ ਘੱਟ ਘੱਟ ਹੰਭ ਜਾਓਗੇ, ਪਰ ਇਹ ਨਾ ਵਧੇ ਆ ਫੁੱਲੇ ਆ, ਉੱਥੇ ਊਠ ਵੀ ਪਏ ਆ, ਅਸੀਂ ਘੱਟ ਘੱਟ ਹੰਭਾਂਗੇ ਕਿਵੇਂ। ਜੋਤ ਕੀ ਕਹਿ ਰਹੇ ਆ? ਮੈਂ ਤਾਂ ਸਕੂਲ ਹੀ ਰੈਡੀ ਹੋ ਰਿਹਾ, ਤਾਂ ਕਈ ਰੈਡੀ ਹੋ ਕੇ ਮਿਲਦੇ ਆ। ਮੰਮਾ, ਸਾਡਾ ਨਾ ਮੰਡੇ ਨੂੰ ਗਰਾਊਂਡ ਪੀਰੀਅਡ ਸੀਗਾ, ਉਸ ਦਿਨ SST ਵਾਲੀ ਮੈਮ ਕਹਿੰਦੀ ਕਿ ਮੇਰਾ ਪੀਰੀਅਡ ਆ। ਜਦੋਂ ਅਸੀਂ ਕਲਾਸ ਟੀਚਰ ਨੂੰ ਪੁੱਛਿਆ, ਕਹਿੰਦੇ ਟਾਈਮ ਟੇਬਲ ਤਾਂ ਚੇਂਜ ਹੀ ਨਹੀਂ ਹੋਇਆ, ਸਾਨੂੰ 2 ਹਫ਼ਤੇ ਹੋ ਗਏ ਗਰਾਊਂਡ 'ਚ ਜਾਣ ਨੂੰ। ਹੁਣ ਅੱਜ ਕਹਿੰਦੇ ਕਿ ਅੱਜ ਫਿਰ SST ਵਾਲੀ ਮੈਮ ਦਾ ਪੀਰੀਅਡ ਆ, ਕੀ ਪਤਾ ਲਾਸਟ ਪੀਰੀਅਡ ਗਰਾਊਂਡ ਦਾ ਹੀ ਲੱਗ ਜਾਵੇ। ਲਾਇਆ ਨਹੀਂ ਗਾ ਮੁੜ ਕੇ, ਪਤਾ 2 ਹਫ਼ਤੇ ਹੋ ਗਏ ਜਾਣ ਨੂੰ। ਗੇਮ ਪੀਰੀਅਡ ਚਾਹੀਦਾ? ਹਫ਼ਤੇ 'ਚ 2 ਵਾਰ ਹੁੰਦਾ, 1 ਵਾਰ ਤਾਂ ਲੰਘ ਗਿਆ, ਦੂਸਰੀ ਵਾਰ ਪਤਾ ਨਹੀਂ ਕਦੋਂ ਹੋਊਗਾ। ਕੀ ਗੇਮ ਖੇਡਦੇ ਹੁੰਦੇ ਫਿਰ ਤੁਸੀਂ? ਖੇਡਦੇ ਤਾਂ ਹੈ ਨਹੀਂ। ਫਿਰ ਗੇਮ ਪੀੜ ਕਾਹਦੇ ਵਾਸਤੇ ਚਾਹੀਦਾ? ਨਾ ਨਾ, ਉਹ ਬਸ ਬਾਹਰੀ ਨੈਚੁਰਲ ਹਵਾ ਚਾਹੀਦੀ ਹੁੰਦੀ ਆ, ਕਲਾਸ 'ਚ ਬੋਰ ਹੋ ਜਾਂਦੇ ਨੇ। ਤੇ ਰਿਸੈਸ 'ਚ ਵਗ ਜਾ ਕਰੋ। ਰਿਸੈਸ 'ਚ ਜਾਣ ਹੀ ਨਹੀਂ ਦਿੰਦੇ। ਬੜੀ ਕੈਦ ਆ ਗਈ, ਸਾਡੇ ਵੇਲੇ ਮੌਜ ਸੀ ਸਕੂਲਾਂ 'ਚ। ਦੇਖੋ ਸਾਡੇ ਘਰ ਦੇ ਆਲੇ ਦੁਆਲੇ ਬਹੁਤ ਕੀੜੇ ਆ, ਇੰਨੇ ਜ਼ਿਆਦਾ ਤੰਗ ਕਰਦੇ ਆ, ਇਹ ਯਾਨੀ ਕਿ ਪਤਾ ਵੀ ਨਹੀਂ ਲੱਗਦੇ ਆਉਂਦੇ ਕਿੱਥੋਂ ਆਗੇ। ਅੱਜ ਯਾਨੀ ਕਿ ਅਸੀਂ ਰੈਡੀ ਹੋ ਚੁੱਕੇ ਹਾਂ, ਸਕੂਲੋਂ ਆ ਕੇ ਤੁਹਾਨੂੰ ਮਿਲਦੇ ਆ, ਅਤੇ ਅੱਜ ਗੇਮ ਪੀਰੀਅਡ ਆ ਗਿਆ ਸਾਡਾ, ਇੰਨੀ ਧੁੱਪ ਵੀ ਨਹੀਂ ਹੈਗੀ, ਬੱਦਲ ਆਈ ਹੈਗੀ, ਇਸ ਲਈ ਧੁੱਪ ਨਹੀਂ ਪੈ ਰਹੀ ਸਾਡੇ 'ਤੇ, ਇੰਨੀ ਗਰਮੀ ਵੀ ਨਹੀਂ ਲੱਗ ਰਹੀ, ਹਵਾ ਚੱਲ ਰਹੀ ਹੌਲੀ ਹੌਲੀ,
ਤੇ ਅੱਜ ਆਯੂਸ਼ ਮੇਰਾ ਦੋਸਤ ਹੈਗਾ, ਉਹ ਅੱਜ ਮੈਨੂੰ ਸਕੇਟ ਸਦੂਗਾ ਚਲਾਉਣ ਲਈ, ਤੇ ਅੱਜ ਐਕਸਟ੍ਰੀਮ ਮਜ਼ਾ ਆਊਗਾ ਗੇਮ ਦੀ। ਕੀ ਕਰ ਰਹੇ ਹੈ? ਹਾਂਜੀ, ਤੁਸੀਂ ਕੀ ਕਰ ਰਹੇ ਹੋ? ਸਰ ਨੇ ਪੜ੍ਹਾਈ ਕਰਦੀ ਆ ਮੈਂ, ਸਕੂਲ ਚ ਦਿਨ ਕਿੱਦਾਂ ਲੰਘ ਗਿਆ? ਵਧੀਆ ਸੀਗਾ, ਗੇਮ ਪੀਰੀਅਡ ਲੱਗਿਆ ਸੀ ਹਾਂ ਅੱਜ, ਉਹ ਨਾ ਅੱਜ ਫੇਰ ਟਾਈਮ ਟੇਬਲ ਚੇਂਜ ਹੋ ਗਿਆ, ਕਹਿੰਦੇ ਜਦੋਂ ਟਾਈਮ ਟੇਬਲ ਚੇਂਜ ਹੋਇਆ ਉਦੋਂ ਨੂੰ ਸਾਡਾ ਗਰਾਊਂਡ ਪੀਰੀਅਡ ਲੰਘ ਗਿਆ ਸੀਗਾ। ਸਰ ਕਹਿੰਦਾ ਮੇਰੇ ਕੋਲ ਕੋਈ ਵੀ ਲਿਸਟ ਨਹੀਂ ਇਹੋ ਜਿਹੀ ਇਨਫੋਰਮੇਸ਼ਨ ਆਈ ਕਿ ਤੁਹਾਡਾ ਗਰਾਊਂਡ ਪੀਰੀਅਡ ਲੱਗੂਗਾ, ਅੱਜ ਫੇਰ ਮਿਸ ਹੋ ਗਿਆ। ਤੇਰਾ ਵਧੀਆ ਲੱਗਿਆ? ਆਪਦੇ ਦੋਸਤ ਦੇ ਪਹਿਲਾਂ ਤਾਂ ਸਕੇਜ ਤੇ ਚਲਾਏ ਮੈਡਮ, ਉੱਥੇ ਇੱਕ ਦੋ ਵਾਰੀ ਦਿਖਿਆ ਵੀ, ਫਿਰ ਮੇਰੇ ਦੋਸਤ ਆ ਗਏ ਚਾਰ ਪੰਜ ਹੋਰ, ਉਹ ਵੀ ਚੜਾਈਏ ਜੋ ਉਹ ਤਾਂ ਦਿਖੀ ਹਨ, ਅਸੀਂ ਖੜੇ ਹੱਸੀ ਆਈ, ਉਹ ਸਾਨੂੰ ਹਸਾਈ ਆ ਜਾਣ ਜਾਣ ਦੇ ਤੂੰ ਤਾਂ। ਗਾਈਸ ਮੈਨੂੰ ਥੋੜ੍ਹਾ ਜਿਹਾ ਬੁਖਾਰ ਸੀਗਾ, ਅੱਜ ਜੁਕਾਮ ਲੱਗਿਆ ਪਿਆ, ਮੈਂ ਦਵਾਈ ਲੈ ਕੇ ਆਇਆ ਪਹਿਲਾਂ ਪਹਿਲਾਂ ਭੋਲਾ ਭੁੱਖ ਨਹੀਂ ਸੀ, ਹੁਣ ਭੁੱਖ ਲੱਗੀ ਵੀ ਸੀ ਤਾਂ ਮੇਰਾ ਮਨ ਕਰਿਆ ਮੈਂ ਛੱਲੀ ਖਾਵਾਂ, ਤਾਂ ਸੁੱਤਾ ਕਿੰਨਾ ਅਤੇ ਇੱਧਰ ਸਾਡੀ ਸ਼ਾਮ ਦੀ ਰੋਟੀ ਹੋ ਚੁੱਕੀ ਹੈ ਤਿਆਰ, ਇੱਧਰ ਮੰਮਾ ਨੇ ਤੋਰੀਆਂ ਦੀ ਸਬਜ਼ੀ ਬਣਾਈ ਆ ਦੁੱਧ ਪਾ ਕੇ, ਅਤੇ ਇੱਧਰ ਮੰਮਾ ਨੇ ਮਿਰਚਾਂ ਤਲੀਆਂ ਨੇ ਸਬਜ਼ੀ ਦੇ ਨਾਲ ਖਾਣ ਨੂੰ, ਅਸੀਂ ਰੋਟੀ ਖਾਣ ਲੱਗਦੇ ਹੁਣ, ਤੁਸੀਂ ਵੀ ਆਪ ਖਾਓ ਜੋ। ਅਤੇ ਗਾਈਸ ਇਸ ਨਾਲ ਹੀ ਆਪਾਂ ਕਰਦੇ ਹਾਂ ਬਲੌਗ ਦਾ ਐਂਡ, ਅਤੇ ਅੱਜ ਹਨੇਰਾ ਬਹੁਤ ਹੋ ਗਿਆ ਹੈ ਐਂਡ ਕਰਨ ਨੂੰ ਅੱਜ ਬਲੌਗ ਦਾ, ਰੋਟੀ ਪਾਣੀ ਅਸੀਂ ਖਾ ਲਈ ਹੈ, ਮੰਮਾ ਨੇ ਕੰਮ ਸਾਰਾ ਨਵੇੜ ਲਿਆ, ਬਸ ਬਾਹਰੀ ਗੇੜੇ ਦਿੰਦੇ ਹੁੰਦੇ ਹੁੰਦੇ ਆ, ਬਸ ਉਹ ਦੇ ਰਹੇ ਹਾਂ। ਅਤੇ ਜਿਨ੍ਹਾਂ ਨੇ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਨੂੰ ਸਬਸਕ੍ਰਾਈਬ ਕਰੋ, ਅਤੇ ਜਿਨ੍ਹਾਂ ਨੇ ਕੀਤਾ ਹੋਇਆ ਬਹੁਤ ਬਹੁਤ ਧੰਨਵਾਦ, ਜੇ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗਦੀ ਆ ਤਾਂ ਲਾਈਕ ਕਰਿਓ, ਕਮੈਂਟ ਕਰਕੇ ਵੀ ਦੱਸਿਓ, ਅਤੇ ਇੱਕ ਵਾਰ ਤੁਸੀਂ ਵਾਲ ਦਾ ਵਿਊ ਵੀ ਦੇਖ ਲਓ।